ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਡੀ ਜੀ ਪੀ ਨੂੰ ਹਟਾਉਣ ਦੇ ਆਦੇਸ਼ ਦਿੱਤੇ ਗਏ ਨੇ। ਦੱਸ ਦਈਏ ਕਿ ਹਾਈ ਕੋਰਟ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ। ਵੱਡੀ ਖਬਰ ਹੈ, ਕਾਰੋਬਾਰੀ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਤਾਂ ਦੱਸ ਦਈਏ ਕਿ ਹਿਮਾਚਲ ਹਾਈ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਨੇ। ਹਿਮਾਚਲ ਪ੍ਰਦੇਸ਼ ਦੇ ਡੀ ਜੀ ਪੀ ਨੂੰ ਮੌਜੂਦਾ ਪੋਸਟ ਤੋਂ ਹਟਾਉਣ ਲਈ ਕਿਹਾ ਗਿਆ ਹੈ ਅਤੇ ਕਾਂਗੜਾ ਦੇ ਨਾਲ ਸੰਬੰਧਿਤ ਐਸ ਪੀ ਨੂੰ ਵੀ ਹਟਾਉਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਕਾਂਗੜਾ ਜ਼ਿਲ੍ਹੇ ਦੇ ਪਾਲਮਪੁਰ ਨਾਲ ਸੰਬੰਧ ਰੱਖਣ ਵਾਲੇ ਕਾਰੋਬਾਰੀ ਨਿਸ਼ਾਂਤ ਸ਼ਰਮਾ ਅਤੇ ਡੀ ਜੀ ਪੀ ਹਿਮਾਚਲ ਦੇ ਵਿਚਕਾਰ ਵਿਵਾਦ ਚੱਲ ਰਿਹਾ ਹੈ, ਜਿਸ ਤੋਂ ਬਾਅਦ ਹਾਈਕੋਰਟ ਦੇ ਵੱਲੋਂ ਵੱਡਾ ਫੈਸਲਾ ਦਿੱਤਾ ਹੈ। ਹਿਮਾਚਲ ਹਾਈਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਡੀ ਜੀ ਪੀ ਅਤੇ ਐਸ ਪੀ ਕਾਂਗੜਾ ਨੂੰ ਉਹਨਾਂ ਦੀ ਮੌਜੂਦਾ ਪੋਸਟਿੰਗ ਤੋਂ ਹਟਾਇਆ ਜਾਵੇ। ਦੱਸ ਦਈਏ ਕਿ ਦੋਹਾਂ ਅਫਸਰਾਂ ਨੂੰ ਹੋਰ ਸਟੇਸ਼ਨਾਂ ਤੇ ਭੇਜ ਦਿੱਤਾ ਜਾਵੇ, ਇਹ ਆਦੇਸ਼ ਜਾਰੀ ਕੀਤੇ ਗਏ ਨੇ। ਦੱਸ ਦਈਏ ਕਿ ਪਿਛਲੀ ਸੁਣਵਾਈ ਦੇ ਦੌਰਾਨ ਵੀ ਹਾਈਕੋਰਟ ਦੇ ਵੱਲੋਂ ਸਖ਼ਤ ਰੁੱਖ ਅਪਣਾਇਆ ਗਿਆ ਸੀ। ਤਾਂ ਕਾਬਲੇ ਗੌਰ ਹੈ ਕਿ ਪਾਲਮਪੁਰ ਦੇ ਕਾਰੋਬਾਰੀ ਨਿਸ਼ਾਂਤ ਸ਼ਰਮਾ ਨੇ 28 ਅਕਤੂਬਰ ਨੂੰ ਹਾਈਕੋਰਟ ਦੇ ਰਜਿਸਟਰਾਰ ਦੇ ਨਾਂ ਇੱਕ ਈਮੇਲ ਭੇਜੀ ਸੀ, ਜਿਸ ਦੇ ਵਿੱਚ ਉਸਨੇ ਜਾਨ ਨੂੰ ਖਤਰਾ ਦੱਸਿਆ ਸੀ। ਨਿਸ਼ਾਂਤ ਸ਼ਰਮਾ ਨੇ ਡੀ ਜੀ ਪੀ ਸੰਜੇ ਕੁੰਡੂ ਤੇ ਵੀ ਗੰਭੀਰ ਇਲਜ਼ਾਮ ਲਾਏ ਸਨ ਤੇ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਪੁਲਿਸ ਨੇ ਨਿਸ਼ਾਂਤ ਦੀ ਸ਼ਿਕਾਇਤ ਤੇ FIR ਦਰਜ ਕੀਤੀ ਸੀ। ਨਿਸ਼ਾਂਤ ਸ਼ਰਮਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਉਸਨੂੰ ਪਾਲਮਪੁਰ ਦੇ SHO ਨੇ ਸ਼ਿਮਲਾ ਜਾ ਕੇ ਡੀ ਜੀ ਪੀ ਸੰਜੇ ਕੁੰਡੂ ਨੂੰ ਮਿਲਣ ਦੇ ਲਈ ਦਬਾਅ ਪਾਇਆ ਸੀ, ਜਿਸ ਤੋਂ ਬਾਅਦ ਨਿਸ਼ਾਂਤ ਸ਼ਰਮਾ ਨੇ ਡੀ ਜੀ ਪੀ ਨੂੰ ਮੇਲ ਭੇਜ ਕੇ ਪੁੱਛਿਆ ਕਿ ਉਸਨੂੰ ਸ਼ਿਮਲਾ ਕਿਉਂ ਬੁਲਾਇਆ ਜਾ ਰਿਹਾ ਹੈ। ਇਸ 'ਤੇ ਡੀ ਜੀ ਪੀ ਨੇ ਨਿਸ਼ਾਂਤ ਸ਼ਰਮਾ 'ਤੇ ਛੋਟੇ ਸ਼ਿਮਲਾ ਥਾਣੇ ਦੇ ਵਿੱਚ FIR ਦਰਜ ਕਰਵਾ ਦਿੱਤੀ ਸੀ ਕਿ ਉਸਨੂੰ ਝੂਠੇ ਇਲਜ਼ਾਮ ਲਾ ਕੇ ਉਸਦੀ ਮਾਣਹਾਨੀ ਕੀਤੀ ਗਈ ਹੈ। ਫਿਲਹਾਲ ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਦੇ ਲਈ ਹਾਈਕੋਰਟ ਨੇ ਡੀ ਜੀ ਪੀ ਅਤੇ ਐਸ ਪੀ ਕਾਂਗੜਾ ਨੂੰ ਉਹਨਾਂ ਦੀਆਂ ਮੌਜੂਦਾ ਪੋਸਟਾਂ ਤੋਂ ਹਟਾਉਣ ਲਈ ਹੁਕਮ ਜਾਰੀ ਕੀਤਾ ਗਿਆ ਹੈ। ਤਾਂ ਡੀ ਜੀ ਪੀ ਨੂੰ ਹਟਾਉਣ ਦੇ ਆਦੇਸ਼ ਦਿੱਤੇ ਗਏ ਨੇ, ਹਾਈਕੋਰਟ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ। ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਵੱਲੋਂ ਹਿਮਾਚਲ ਦੇ ਡੀ ਜੀ ਪੀ ਨੂੰ ਹਟਾਉਣ ਦੇ ਆਦੇਸ਼ ਦਿੱਤੇ ਗਏ ਨੇ, ਤਾਂ ਜੋ ਇੱਕ ਕੇਸ ਦੀ ਜਾਂਚ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਫੇਅਰ ਇਨਵੈਸਟੀਗੇਸ਼ਨ ਹੋ ਸਕੇ।